ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕੋਈ ਕਿਸੇ ਰਾਜਨੀਤਿਕ ਵੱਡੇ ਤੋਂ ਵੱਡੇ ਆਗੂ ਦਾ ਕੋਈ ਅਹਿਲਕਾਰ ਸਾਥੀ ਹੋਵੇ ਤੇ ਛੱਡਾਂਗੇ ਨਹੀਂ ਜਿਹੜਾ ਬੇਨਕਾਬ ਕਰਕੇ ਜਿਹੜੀ ਰੇਤ ਚੋਰੀ ਆ ਉਹਨੂੰ ਬੰਦ ਕਰਾ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਦੇ ਪਿੰਡ ਗੋਸੀਆ ਖਾਨ ਮੁਹੰਮਦ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਰੇਡ ਮਾਰੀ, ਉਹ ਵੀ ਮਾਈਨਿੰਗ ਮਾਫੀਆ ਦੇ ਉੱਤੇ। ਜਦ ਮਾਈਨਿੰਗ ਮਾਫੀਆ ਦੇ ਮੁੱਖ ਠੇਕੇਦਾਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋਏ ਤੇ ਸਿਮਰਜੀਤ ਸਿੰਘ ਬੈਂਸ ਨੇ ਸਾਫ਼ ਤੌਰ 'ਤੇ ਕਿਹਾ ਕਿ ਇਸ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਇਤਲਾਹ ਮਿਲ ਚੁੱਕੀ ਸੀ ਕਿ ਰੇਡ ਹੋਣ ਵਾਲੀ ਹੈ, ਇਸ ਲਈ ਮੌਕੇ ਤੋਂ ਉਹ ਫਰਾਰ ਹੋ ਗਏ। ਪਰ ਅਗਰ ਠੇਕੇਦਾਰ ਦੀ ਮੰਨੀਏ ਤਾਂ ਠੇਕੇਦਾਰ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ ਕਿ ਮਾਈਨਿੰਗ ਬਿਲਕੁਲ ਲੀਗਲ ਵੇ ਦੇ ਵਿੱਚ ਹੋ ਰਹੀ ਹੈ ਅਤੇ ਉਹਨਾਂ ਦੇ ਕੋਲ ਖੱਡ ਦੀ ਪਰਮਿਸ਼ਨ ਹੈ ਅਤੇ ਕੋਈ ਵੀ ਇਲੀਗਲ ਮਾਈਨਿੰਗ ਨਹੀਂ ਚੱਲ ਰਹੀ। ਪਰ ਮੌਕੇ 'ਤੇ ਪਹੁੰਚੇ ਹੋਏ ਮਾਈਨਿੰਗ ਅਧਿਕਾਰੀਆਂ ਦੇ ਅਗਰ SDO ਦੀ ਗੱਲ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਟਵਾਰੀ ਅਤੇ ਤਹਿਸੀਲਦਾਰ ਨੂੰ ਇਤਲਾਹ ਕਰ ਦਿੱਤੀ ਹੈ ਅਤੇ ਮਿਣਤੀ ਕਰਨ ਤੋਂ ਬਾਅਦ ਅਗਰ ਗੈਰ ਕਾਨੂੰਨੀ ਮਾਈਨਿੰਗ ਥੋੜ੍ਹੀ ਜਿਹੀ ਵੀ ਹੋ ਰਹੀ ਹੋਏਗੀ ਤਾਂ ਇਸ ਖੱਡ ਨੂੰ ਤੁਰੰਤ ਬੰਦ ਕਰ ਦਿੱਤਾ ਜਾਏਗਾ। ਸਿਮਰਜੀਤ ਸਿੰਘ ਬੈਂਸ ਨੇ ਹੋਰ ਕੀ ਕੁਛ ਕਿਹਾ, ਆਓ ਸੁਣਦੇ ਹਾਂ। ਅੱਜ ਪਿੰਡ ਗੋਰਸੀਆਂ ਖਾਨ ਮੁਹੰਮਦ, ਇੱਕ ਪਿਛਲੇ ਲੰਬੇ ਅਰਸੇ ਤੋਂ ਲੋਕਾਂ ਦੀ ਇੱਥੇ ਸ਼ਿਕਾਇਤ ਆ ਵੀ ਇੱਥੇ ਰੇਤ ਚੋਰੀ ਹੋ ਰਹੀ ਹੈ, ਇਲੀਗਲ ਮਾਫੀਆ ਜਿਹੜਾ ਸੈਂਡ ਚੋਰੀ ਕਰ ਰਿਹਾ। ਉਹਦੇ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਦਾ ਨਾਮ, 80 ਲੱਖ ਰੁਪਈਏ ਦੀ ਤਕਰੀਬਨ ਜਿਹੜੀ ਆ ਉਹ ਰੇਤਾ ਰੋਜ਼ ਦਾ ਕੱਢਿਆ ਜਾ ਰਿਹਾ। ਸੋ ਅਸੀਂ ਅੱਜ ਇਹ ਸਾਰਾ, ਮੈਂ ਥਾਰੋਲੀ ਨਿੱਜੀ ਤੌਰ 'ਤੇ ਵੈਰੀਫਾਈ ਜਿਹੜੇ ਰਿਟਾਇਰਡ ਰੈਵਨਿਊ ਅਫੀਸਰ ਆ ਜਿਹੜੇ ਇਹ ਨੰਬਰ ਖਸਰੇ ਜਿਨ੍ਹਾਂ ਦੇ ਵਿੱਚ ਮਾਈਨਿੰਗ ਅਲਾਟ ਹੋਈ ਆ, ਉਹ ਵਗਦੇ ਦਰਿਆ ਦੇ ਪਰਲੇ ਪਾਸੇ ਜਲੰਧਰ ਸਾਈਡ ਆ, ਪਿੰਡ ਕੈਮ ਵਾਲਾ 'ਤੇ ਮਾਈਨਿੰਗ ਹੋ ਰਹੀ ਆ ਗੋਰਸੀਆਂ ਪਿੰਡ। ਠੇਕੇਦਾਰਾਂ ਨੇ ਅੱਜ, ਜਦੋਂ ਆਉਣ ਦਾ ਮੇਰਾ ਖਿਆਲ ਪ੍ਰੋਗਰਾਮ ਕੁਛ ਲੀਕ ਹੋ ਗਿਆ, ਅਤੇ ਠੇਕੇਦਾਰਾਂ ਨੇ ਅੱਜ ਮਾਈਨਿੰਗ ਬੰਦ ਕਰਕੇ ਜਿਹੜੀਆਂ ਮਸ਼ੀਨਾਂ ਸੀ ਤੁਸੀਂ ਦੇਖ ਰਹੇ ਹੋ ਖੱਬੇ ਸੱਜੇ ਕਿਤੇ ਰਾਹਾਂ ਰੂਹਾਂ 'ਚ ਵਾੜ ਲੀਆਂ, ਇਸ ਮਸ਼ੀਨਾਂ ਦੇ ਭਜਾਉਣ ਤੋਂ ਜਿਹੜੀ ਮੇਰੀ ਵੈਰੀਫਿਕੇਸ਼ਨ ਮੈਂ ਕਰਾਈ ਆ ਰਿਟਾਇਰਡ ਅਫੀਸਰ ਤੋਂ, ਉਹ ਪੁਖਤਾ ਹੁੰਦੀ ਆ, ਉਹ ਤਸਦੀਕ ਹੁੰਦੀ ਆ ਵੀ ਇਹ ਲੀਗਲ ਨਹੀਂ, ਇਹ ਇਲੀਗਲ ਆ, ਰੇਤ ਚੋਰੀ ਹੋ ਰਿਹਾ। 80 ਲੱਖ ਰੁਪਈਆ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕੋਰਟ ਲੱਗਿਆ ਹੋਇਆ, ਮਤਲਬ ਕਿ ਜਿਹੜਾ 2 ਨੰਬਰ ਦਾ ਧਾਨਾ ਹੈ ਵੋਟਾਂ 'ਚ ਨਸ਼ੇ ਵੰਡੇ, ਵੋਟਾਂ ਦੇ ਪੈਸੇ ਵੰਡੇ। ਸੋ ਇਸ ਕਰਕੇ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ DC ਸਾਹਿਬ ਮੈਂ ਗੱਲ ਕੀਤੀ, ਉਹ ਪਟਿਆਲੇ ਮੀਟਿੰਗ 'ਤੇ ਹੈਗਾ, ਇਹ ਮਤ ਸੋਚੇ ਕੋਈ ਅਫਸਰ, ਚਾਹੇ ਉਹ DC ਆ, ਚਾਹੇ ਉਹ SSP ਆ, ਚਾਹੇ ਉਹ ਮੁੱਖ ਮੰਤਰੀ ਦਾ ਅਹਿਲਕਾਰ OSD ਆ, ਵੀ ਅਸੀਂ ਇੱਥੇ ਆ ਕੇ ਰੇਤ ਚੋਰੀ ਕਰ ਲਈਏ ਤਾਂ ਕੋਈ ਰੋਕੂਗਾ ਨਹੀਂ। ਉਹ ਰੋਕਣ, ਸਟੇਟ ਦੇ ਹਕੂਕਾਂ 'ਤੇ ਡਾਕਾ ਰੋਕਣ ਦੀ ਜ਼ਿੰਮੇਵਾਰੀ ਅਤੇ ਡਿਊਟੀ ਸਾਡੀ ਸਾਰਿਆਂ ਦੀ ਆ, ਸਾਡੀ ਤਾਂ ਵੱਧ ਹੈਗੀ ਹੈ ਕਿਉਂਕਿ ਲੋਕਾਂ ਨੇ ਸਾਨੂੰ ਨੁਮਾਇੰਦਗੀ ਦਿੱਤੀ ਆ, ਵਾਚਮੈਨਸ਼ਿਪ ਦਿੱਤੀ ਆ। ਸੋ ਅਸੀਂ ਕੱਲ੍ਹ ਜਿਹੜਾ ਇਹਨਾਂ ਦਾ ਵੀ ਤੁਸੀਂ ਪੱਖ ਜ਼ਰੂਰ ਸੁਣ ਲਓ, ਪਰ ਜਿਹੜੀਆਂ ਇਹਨਾਂ ਦੀਆਂ ਗੱਡੀਆਂ, ਪੋਕ ਲਾਈਨ, ਟਰੈਕਟਰ, JCB, ਕਰੇਨਾਂ ਸਭ ਭਜਾ ਕੇ ਲੈ ਗਏ, ਉੱਥੋਂ ਤਸਦੀਕ ਆ ਵੀ ਇੱਥੇ ਦਾਲ ਦੇ ਵਿੱਚ ਕਾਲਾ ਨਹੀਂ, ਦਾਲ ਕਾਲੀ ਲੱਗ ਰਹੀ ਹੈ। ਕੱਲ੍ਹ ਨੂੰ ਸਾਰਾ ਜਿਹੜਾ, ਮੈਂ ਫਿਰ ਕਹੂੰਗਾ, ਜੇ ਇਲੀਗਲ ਹੋਇਆ ਤਾਂ ਕੋਈ ਅਧਿਕਾਰੀ ਹੋਵੇ ਬਖਸ਼ਿਆ ਨਹੀਂ ਜਾਏਗਾ। ਕੋਈ ਕਿਸੇ ਰਾਜਨੀਤਿਕ ਵੱਡੇ ਤੋਂ ਵੱਡੇ ਆਗੂ ਦਾ ਕੋਈ ਅਹਿਲਕਾਰ ਸਾਥੀ ਹੋਵੇ ਤਾਂ ਛੱਡਾਂਗੇ ਨਹੀਂ ਜਿਹੜਾ ਬੇਨਕਾਬ ਕਰਕੇ ਜਿਹੜੀ ਰੇਤ ਚੋਰੀ ਆ ਉਹਨੂੰ ਬੰਦ ਕਰਾ ਦਿਆਂਗੇ। ਮੈਂ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਤੁਹਾਡੇ ਜ਼ਰੀਏ ਇੱਕ ਸੁਨੇਹਾ ਭੇਜਿਆ ਸੀ ਵੀ ਕੈਪਟਨ ਸਾਹਿਬ ਤੁਸੀਂ ਹੈਲੀਕਾਪਟਰ ਜਹਾਜ਼ 'ਚ ਬਹਿ ਕੇ ਕਿਵੇਂ ਚੈੱਕ ਕਰ ਲਿਆ ਵੀ ਇਹ ਲੀਗਲ ਆ ਕਿ ਇਲੀਗਲ ਆ, ਤੁਹਾਡੇ ਉਹ ਕਿਹੜਾ ਐਸਾ ਯੰਤਰ ਆ ਗਿਆ, ਉਹਦਾ ਮਤਲਬ ਕੀ ਸੀ? ਤੁਹਾਨੂੰ ਯਾਦ ਹੋਊਗਾ ਜਿੱਦਣ ਹੈਲੀਕਾਪਟਰ ਰੇਡ ਹੋਈ ਆ ਉਸ ਦਿਨ ਪੰਜਾਬ ਦੇ ਵਿੱਚ ਟਰੱਕ ਦਾ ਰੇਟ 15,000 ਸੀ, ਹੈਲੀਕਾਪਟਰ ਰੇਡ ਤੋਂ ਬਾਅਦ ਦੂਜੇ ਦਿਨ 35,000 ਰੁਪਈਆ, ਫਿਰ 40, ਫਿਰ 45। ਉਹਦਾ ਮਕਸਦ ਸੀ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਸਾਰੀ ਦੀ ਸਾਰੀ ਰੇਤ ਮਾਫੀਆ ਉਹਨਾਂ ਦੇ ਅੰਡਰ ਰਹੇ, ਜਿਹੜੇ ਕਾਂਗਰਸ ਦੇ ਵਿੱਚ ਕੈਪਟਨ ਖੇਮੇ ਦੇ ਵਿਰੋਧੀ ਲੀਡਰ ਹੈਗੇ ਆ, ਉਹ ਰੇਤ ਵਾਲੇ ਪਾਸੇ ਨੂੰ ਨਾ ਜਾਣ, ਜੋ ਬਾਦਲਾਂ ਦਾ ਮਾਫੀਆ ਸੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਕੱਲਾ ਤੇ ਕੱਲਾ ਕਾਬਜ਼ ਹੋ ਜਾਵੇ।
ਸੋ ਇਸ ਕਰਕੇ ਮੈਂ ਫਿਰ ਕਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਸਾਥੀ ਅਹਿਲਕਾਰ ਸਮਝੇ ਨਾ ਕਿ ਇੱਥੇ ਆ ਕੇ ਲਾ ਕਾਨੂੰਨੀ ਕਰਕੇ ਅਤੇ ਸਰਕਾਰੀ ਤੰਤਰ ਦੇ ਜ਼ੋਰ ਦੇ ਨਾਲ ਕਦੇ ਹੋਣ ਹੀ ਨਹੀਂ ਦਿਆਂਗੇ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਰੇਤ ਮਾਫੀਆ ਖਿਲਾਫ਼ ਸਟਰਗਲ ਕਰਦੇ ਹੋਏ ਮਹੀਨਿਆਂ ਦੀਆਂ ਜੇਲ੍ਹਾਂ ਕੱਟੀਆਂ ਨੇ। ਸਾਡੇ ਕੋਲ PhD ਕੀਤੀ ਹੋਈ ਹੈ ਮਾਈਨਿੰਗ ਪਾਲਿਸੀ ਦੇ ਉੱਤੇ, ਮਾਈਨਿੰਗ ਚੋਰੀ ਦੇ ਉੱਤੇ, ਰੇਤ ਚੋਰੀ ਦੇ ਉੱਤੇ ਸਾਡੇ ਕੋਲ ਇੱਕ ਇੱਕ ਪੁਖਤਾ ਸਬੂਤ ਪਰੂਫ ਜਾਣਕਾਰੀ, ਬਿਨਾਂ ਜਾਣਕਾਰੀ ਤੋਂ ਕਦੇ ਨਹੀਂ। ਸੋ ਮੈਂ ਫਿਰ ਕਹੂੰਗਾ ਵੀ ਜਿਹੜਾ ਅੱਜ ਦਾ ਇੱਥੇ ਦਾ ਮਾਹੌਲ ਹੈ ਸੋ ਇਸ਼ਾਰਾ ਕਰ ਰਿਹਾ, ਮੈਂ ਪੱਖ ਉਹਨਾਂ ਦਾ ਵੀ ਸੁਣਿਆ ਕਿਉਂਕਿ ਉਹਨਾਂ ਦਾ ਪੱਖ ਸੁਣਨਾ ਵੀ ਮੇਰੀ ਡਿਊਟੀ ਹੈ, ਪੱਖ ਉਹਨਾਂ ਦਾ ਵੀ ਸੁਣਿਆ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿਆਂਗੇ, ਜਿਹੜੀ ਸੱਚੀ ਗੱਲ ਹੋਊਗੀ ਉਹ 101% ਲਾਗੂ ਹੋਏਗੀ। ਅਸੀਂ ਇੱਥੇ ਪਹੁੰਚ ਚੁੱਕੇ ਹਾਂ, ਨਾਇਬ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਆ ਜਾਣੇ ਆ ਇੱਥੇ, ਪਟਵਾਰੀ ਕਾਨੂੰਗ, ਠੀਕ ਹੈ ਨਾ, ਉਹਨਾਂ ਨੇ ਆ ਕੇ ਮਿਣਤੀ ਕਰਕੇ ਸਾਨੂੰ ਦੱਸਣਾ ਸਾਰੀ ਚੀਜ਼, ਉਹ ਹੀ ਰਿਪੋਰਟ ਅਸੀਂ ਕਰ ਦੇਣੀ ਆ, ਕਿਸੇ ਨੂੰ ਨਜਾਇਜ਼ ਨਹੀਂ ਕਰਨ ਦੇਵਾਂਗੇ ਅਸੀਂ, ਖੜੇ ਅਸੀਂ ਕਰਕੇ, ਠੀਕ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਨਜਾਇਜ਼ ਨਹੀਂ ਚੱਲਣ ਦੇਵਾਂਗੇ। ਤੁਸੀਂ ਇੱਥੇ ਮੌਕੇ 'ਤੇ ਪਹੁੰਚੇ, ਤੁਸੀਂ ਮਿਣਤੀ ਕੀਤੀ ਇੱਥੇ, ਤੁਸੀਂ ਪਟਵਾਰੀ ਨੇ ਕਾਨੂੰਗੋ ਨੇ ਕਰਨੀ ਹੁੰਦੀ, ਅਸੀਂ ਤਾਂ ਮਹਿਕਮੇ ਵਾਲੇ ਹਾਂ ਨਾ ਮਾਈਨਿੰਗ ਵਾਲੇ, ਇਹ ਪਟਵਾਰਾ ਇਹ ਨੂੰ ਰਿਪਕਾਰਡ ਬੋਲੂਗਾ ਕੀ ਕਹਿੰਦਾ ਵੇ ਇੱਥੇ, ਅਤੇ ਜੇ ਕੋਈ ਦੋਸ਼ੀ ਪਾਇਆ ਜਾਏਗਾ ਉਸ ਹਿਸਾਬ ਨਾਲ ਫਿਰ ਤੁਸੀਂ ਮਾਈਨਿੰਗ ਇੱਥੇ ਬੰਦ ਕਰਾਓਗੇ, ਰੋਕੋਗੇ? ਹਾਂਜੀ ਹਾਂਜੀ। ਔਰ ਸੁਖਵਿੰਦਰ ਸਿੰਘ, ਸੁਖਵਿੰਦਰ ਜੀ, ਅੱਜ ਮਾਈਨਿੰਗ ਲਈ ਇੱਥੇ ਬੈਂਸ ਸਾਹਿਬ ਆਇਆ, ਕੁਛ ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਸੀ, ਤੁਹਾਡਾ ਕੀ ਕਹਿਣਾ, ਤੁਸੀਂ ਇੱਥੇ ਸਾਰਾ ਦੇਖ ਰੇਖ ਕਰਦੇ ਹੋ, ਕਿ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਇਹ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ? ਦੇਖੋ ਜਿਹੜੀ ਮਾਈਨਿੰਗ ਆ ਅਸੀਂ ਨਿਰਧਾਰਿਤ ਨੰਬਰਾਂ ਦੇ ਅੰਦਰ ਕਰ ਰਹੇ ਹਾਂ, ਸਮੇਂ ਸਮੇਂ 'ਤੇ ਮਹਿਕਮਾ ਇਹਦੀ ਨਿਸ਼ਾਨਦੇਹੀ ਕਰਾਉਂਦਾ ਰਹਿੰਦਾ ਪ੍ਰਸ਼ਾਸਨ, ਕੋਈ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ। ਬਾਕੀ ਜਿਹੜੀ ਕਹਿੰਦੇ ਪਿੰਡ ਵਾਲਿਆਂ ਦੇ ਨਾਲ ਆਏ, ਪਿੰਡ ਤੁਹਾਡੇ ਸਾਹਮਣੇ ਸਾਰਾ ਆਸ ਪਾਸ ਖੜਾ ਆ, 99% ਪਿੰਡ ਜਿਹੜਾ ਵਨ ਸਾਈਡਡ ਆ ਉਹ ਮਾਈਨਿੰਗ, ਜੇ ਕੋਈ ਗੈਰ ਕਾਨੂੰਨੀ ਹੁੰਦੀ ਹੋਵੇ ਮਾਈਨਿੰਗ ਤੇ ਪਿੰਡ ਕੋਈ ਇਤਰਾਜ਼ ਨਹੀਂ, ਪਿੰਡ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ, ਪਿੰਡ 100% ਖੜਾ ਆ, ਪਿੰਡ ਦਾ ਕੋਈ ਵਿਅਕਤੀ ਬਾਂਹ ਕੱਢ ਕੇ ਕਹਿ ਦੇਵੇ ਵੀ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਆ ਤੇ ਅਸੀਂ ਹਰਜਾਨਾ ਭਰਨ ਨੂੰ ਤਿਆਰ ਆ, ਅਸੀਂ ਹਰਜਾਨਾ ਭਰਨ ਨੂੰ ਤਿਆਰ ਆ। ਇਹ ਸਿਰਫ ਇੱਕ ਸ਼ਰਾਰਤੀ ਵਿਅਕਤੀਆਂ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ, ਜਿਹਨਾਂ ਬੰਦਿਆਂ ਨੇ ਕੁਝ ਦਿਨ ਪਹਿਲਾਂ ਉੱਥੇ ਖੱਡਾ ਲਾਇਆ ਸੀ, ਬਲਰਾਜ ਰਾਜੂ ਅਤੇ ਬਲਜੀਤ ਗੋਰਸੀਆਂ ਨੇ, ਉਹਨਾਂ ਦੇ ਖਿਲਾਫ਼ ਪ੍ਰਸ਼ਾਸਨ ਨੇ ਇਲੀਗਲ ਮਾਈਨਿੰਗ ਦਾ ਪਰਚਾ ਦਰਜ ਕੀਤਾ ਹੈ, ਉਹਦੀ ਵਜ੍ਹਾ ਰੰਜਿਸ਼ ਨਾਲ ਇਹ ਝੂਠੀਆਂ ਦਰਖਾਸਤਾਂ ਦੇ ਰਹੇ, ਅਦਰਵਾਈਜ਼ ਇਹਨਾਂ ਇਸ ਦਰਖਾਸਤਾਂ 'ਚ ਕੋਈ ਸੱਚਾਈ ਨਹੀਂ। ਨੋ ਮਾਈਨਿੰਗ, ਨਾ ਮਸ਼ੀਨ ਜਿਹੜੀ ਚੱਲ ਰਹੀ ਹੈ ਨੰਬਰਾਂ ਦੇ ਵਿੱਚ, ਜਿਹੜੇ ਨਿਰਧਾਰਤ ਨੰਬਰ ਉੱਥੇ ਮਸ਼ੀਨ ਚੱਲ ਰਹੀ, ਬਿਲਕੁਲ ਬੰਦ ਨਹੀਂ ਹੋਇਆ, ਜੇ ਕੋਈ ਕੰਡਾ ਬੰਦ ਹੁੰਦਾ ਮਸ਼ੀਨ ਚੱਲ ਰਹੀ ਆ ਮਾਈਨਿੰਗ ਕਰ ਰਹੀ, ਮੌਕੇ 'ਤੇ ਦੇਖਿਆ ਕੋਈ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ, ਤੁਸੀਂ ਜਾ ਕੇ ਦੇਖ ਸਕਦੇ ਮੌਕੇ 'ਤੇ। ਇਹ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।